ਵਿਸਾਖੀ ਵਾਲੇ ਦਿਨ ਜਲਿਆਂਵਾਲਾ ਕਾਂਡ ਜਿਹੜਾ ਵਾਪਰਿਆ ਸੀ, ਜਿਸ ਦੇ ਵਿੱਚ ਬਹੁਤ ਹੀ ਬੇਦੋਸ਼ੀ ਲੋਕ ਜਿਹੜੇ ਸੀ ਉਹਨਾਂ ਨੇ ਆਪਣੀ ਜਾਨ ਵੀ ਗਵਾਈ ਸੀ। ਸੋ ਅੱਜ ਕਰੋਨਾ ਵਾਇਰਸ ਦੇ ਕਰਕੇ ਜਲਿਆਂਵਾਲਾ ਬਾਗ ਵਿਖੇ ਜਿਹੜੇ ਲੋਕ ਸੀ ਹਮੇਸ਼ਾ ਇੱਥੇ ਪਹੁੰਚਦੇ ਹੁੰਦੇ ਸਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ, ਅੱਜ ਉਹ ਦਿਖਾਈ ਤਾਂ ਨਹੀਂ ਦਿੱਤੇ, ਪਰ ਫਿਰ ਵੀ ਇੱਕ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਇੱਥੇ ਪਹੁੰਚੇ ਹੋਏ ਨੇ। ਉਹਨਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਨੇ। ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਔਜਲਾ ਸਾਹਿਬ, ਜਲਿਆਂਵਾਲਾ ਬਾਗ ਜਿਸ ਨੇ ਦਿਲ ਝੰਜੋੜ ਦਿੱਤਾ ਸੀ ਹਰੇਕ ਇਨਸਾਨ ਦਾ, ਅੱਜ ਤੁਸੀਂ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਹੋ, ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਅਸੀਂ ਅੱਜ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਔਰ ਅੱਜ ਉਹਨਾਂ ਨੂੰ ਯਾਦ ਕੀਤਾ ਹੈ, ਸ਼ਰਧਾ ਦੇ ਫੁੱਲ ਉਹਨਾਂ ਨੂੰ ਭੇਂਟ ਕੀਤੇ ਆ ਔਰ ਰਹਿੰਦੀ ਦੁਨੀਆ ਤੱਕ ਇਹ ਜਿਹੜੇ ਸ਼ਹੀਦ ਹੈ ਰਹਿਣੇ ਨੇ ਔਰ ਇਹਨਾਂ ਨੂੰ ਹਮੇਸ਼ਾ ਹੀ ਸਾਨੂੰ ਯਾਦ ਰੱਖਣਾ ਔਰ ਇਹਨਾਂ ਨੂੰ ਦਿਲ 'ਚ ਵਸਾਉਣਾ ਸਾਡਾ ਇੱਕ ਮੌਲਿਕ ਫਰਜ਼ ਬਣਦਾ ਆ ਔਰ ਇਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਮਨਾਉਣਾ ਇੱਕ ਮੌਲਿਕ ਅਧਿਕਾਰ ਵੀ ਹੈ ਸਾਡਾ। ਸੋ ਮੈਂ ਉਸੇ ਕਰਕੇ ਅੱਜ ਇੱਥੇ ਪਹੁੰਚਿਆ ਔਰ ਸ਼ਰਧਾਂਜਲੀ ਭੇਟ ਕੀਤੀ। ਬਹੁਤ ਹਾਲਾਤ ਸੰਕਟਮਈ ਚੱਲ ਰਹੇ ਨੇ ਇਸ ਵੇਲੇ, ਪੋਸੀਬਲ ਨਹੀਂ ਕਿ ਹਰੇਕ ਇਨਸਾਨ ਇੱਥੇ ਪਹੁੰਚੇ, ਪਰ ਫਿਰ ਵੀ ਹਰੇਕ ਮਨ ਦੇ ਵਿੱਚ ਇੱਕ ਸ਼ਰਧਾ ਜ਼ਰੂਰ ਹੈ ਕਿ ਉਹਨਾਂ ਨੂੰ ਸ਼ਹੀਦਾਂ ਨੂੰ ਅਰਪਿਤ ਕੀਤੀ ਜਾਵੇ। ਸੋ ਅੱਜ ਕਿਸ ਤਰੀਕੇ ਦੇ ਨਾਲ ਸਾਰਾ ਜਿਹੜਾ ਸਰਕਾਰ ਵੱਲੋਂ ਕੁਛ ਉਪਰਾਲਾ ਜਾਂ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੋਵੇ ਇੱਥੇ? ਦੇਖੋ, ਸਰਕਾਰ ਵੱਲੋਂ ਤਾਂ ਸਾਡੇ ਡਾਕਟਰ ਰਾਜਕੁਮਾਰ ਵੇਰਕਾ ਜੀ ਆਏ ਆ, ਕੈਬਨਿਟ ਰੈਂਕ ਹੈ ਉਹਨਾਂ ਕੋਲ ਔਰ ਮੈਂ ਵੀ ਬਤੌਰ ਮੈਂਬਰ ਪਾਰਲੀਮੈਂਟ ਇੱਥੇ ਪਹੁੰਚਿਆ ਹਾਂ। ਅੱਜ ਟੋਟਲ ਤੁਸੀਂ ਦੇਖੋ ਸ਼ਹਿਰ ਦੇ ਵਿੱਚ ਸੜਕਾਂ ਖਾਲੀ ਨੇ ਔਰ ਇੱਕ ਕਾਰਨ ਇਹਦਾ ਇੱਕ ਵਜ੍ਹਾ ਹੈ, ਨਹੀਂ ਤਾਂ ਅੱਜ ਵਿਸਾਖੀ ਵਾਲੇ ਦਿਨ ਕੋਈ ਇੱਥੇ ਪਹੁੰਚ ਸਕਦਾ ਸੀ? ਪਹੁੰਚਣਾ ਹੀ ਔਖਾ ਹੁੰਦਾ ਸੀ। ਅੱਜ ਹਰਿਮੰਦਰ ਸਾਹਿਬ ਤੋਂ ਜਹੇਦਾ ਸਾਹਿਬ ਦਾ ਜਿਹੜਾ ਸੰਦੇਸ਼ ਸੀ ਘਰਾਂ 'ਚ ਬਹਿ ਕੇ ਵਿਸਾਖੀ ਮਨਾਓ, ਸਾਰੇ ਸੰਗਤ ਨੇ, ਸਾਰੀ ਕੌਮ ਨੇ ਉਹਨੂੰ ਮੰਨਿਆ ਔਰ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਕਿਹਾ ਸੀ 11 ਵਜੇ ਤੁਸੀਂ ਅਰਦਾਸ ਕਰਿਓ ਘਰਾਂ 'ਚ, ਅਸੀਂ ਵੀ ਅਰਦਾਸ ਕਰਕੇ ਉੱਥੋਂ ਆਏ ਹਾਂ ਔਰ ਇਹਨਾਂ ਨੂੰ ਅਸੀਂ ਇੱਥੇ ਆ ਕੇ ਇਹਨਾਂ ਦੇ ਨਤਮਸਤਕ ਹੋਏ ਹਾਂ ਸਾਡੇ ਸ਼ਹੀਦਾਂ ਦੇ, ਤਾਂ ਕਿ ਸਾਰੇ ਨਹੀਂ ਆ ਸਕਦੇ ਪਰ ਬਤੌਰ ਮੈਂਬਰ ਪਾਰਲੀਮੈਂਟ ਮੈਂ ਆਪਣਾ ਫਰਜ਼ ਸਮਝਿਆ ਕਿ ਮੇਰਾ ਇੱਥੇ ਆਉਣਾ ਬਣਦਾ ਆ। ਸੋ ਅੱਜ ਜਿਹੜਾ ਸਮਾਂ ਹੈ ਖੁੱਲ੍ਹਾ ਤਾਂ ਹੋਣਾ ਚਾਹੀਦਾ ਪਰ ਇਹ ਮਜਬੂਰੀ ਹੈ ਕਰੋਨਾ ਵਾਇਰਸ ਕਰਕੇ, ਸਾਨੂੰ ਅੱਜ ਦੇਸ਼ ਦੇ ਨਾਲ ਖੜ੍ਹਨਾ ਪੈਣਾ ਆ, ਸਾਨੂੰ ਅੱਜ ਸਰਕਾਰਾਂ ਦੇ ਨਾਲ ਖੜ੍ਹਨਾ ਪੈਣਾ ਆ, ਸਾਨੂੰ ਪ੍ਰਸ਼ਾਸਨ ਦੇ ਨਾਲ ਖੜ੍ਹਨਾ ਪੈਣਾ ਆ, ਕਿਉਂਕਿ ਜਿਹੜੇ ਲੋਕਾਂ ਵਾਸਤੇ ਅਸੀਂ ਇਹ ਸਰਕਾਰ ਕੰਮ ਕਰ ਰਹੀ ਹੈ ਦੇਸ਼ ਨੂੰ ਬਚਾਉਣ ਵਾਸਤੇ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਵਾਸਤੇ, ਉਹ ਵੀ ਇਹਨਾਂ ਸ਼ਹੀਦਾਂ ਦੇ ਹੀ ਬੱਚੇ ਨੇ, ਦੇਸ਼ ਸਾਰਾ ਇਹਨਾਂ ਸ਼ਹੀਦਾਂ ਦਾ ਹੀ ਆ। ਸੋ ਅੱਜ ਇਸ ਕਰਕੇ ਲੋਕ ਵੀ ਘੱਟ ਪਹੁੰਚਣ, ਐਡਵਾਈਜ਼ਰੀ ਜਿਹੜੀ ਸੀ ਉਹਦੇ ਮੁਤਾਬਕ ਅੱਜ ਬੰਦ ਵੀ ਰੱਖਿਆ ਤਾਂ ਕਿ ਲੋਕ ਇੱਥੇ ਕਿਤੇ ਇਕੱਠੇ ਨਾ ਹੋ ਜਾਣ। 84 ਵੇਲੇ ਵੀ ਅਜਿਹਾ ਸਮਾਂ ਆਉਂਦਾ ਸੀ ਜਦੋਂ ਕਰਫਿਊ ਦਾ ਮਾਹੌਲ ਸੀ, ਲੋਕ ਬਹੁਤ ਘੱਟ ਗਿਣੇ ਚੁਣੇ ਇਸ ਇਲਾਕੇ ਦੇ ਵਿੱਚ ਪਹੁੰਚਦੇ ਸੀ, ਅੱਜ ਇਹ ਸਮਾਂ ਜਿਹੜਾ ਬਹੁਤ ਘੱਟ ਕੀ ਬਹੁਤ ਲੋਕਾਂ ਨੇ ਦੇਖਿਆ ਹੀ ਨਹੀਂ ਕਿ ਇਹ ਸਮਾਂ ਜਿਹੜਾ ਜਿਸ ਤਰੀਕੇ ਦਾ ਭਿਆਨਕ ਆ ਚੁੱਕਾ ਹੈ, ਕੀ ਮਹਿਸੂਸ ਕਰਦੇ ਹੋ ਤੁਸੀਂ ਇੱਕ ਸਿਆਸੀ ਆਗੂ ਹੋਣ ਦੇ ਨਾਤੇ, ਲੋਕਾਂ ਨੇ ਇੱਕ ਨੁਮਾਇੰਦਾ ਚੁਣਿਆ ਹੋਣ ਉਹਦੇ ਨਾਤੇ, ਕੀ ਮਹਿਸੂਸ ਕਰ ਰਹੇ ਹੋ ਤੁਸੀਂ ਅੱਜ? ਦੇਖੋ, ਇਹ ਤਾਂ ਇੱਕ ਸਾਰੀ ਹਲਚਲ ਕੁਦਰਤ ਦੀ ਹੋਈ ਹੈ, ਸਾਰੀ ਸ੍ਰਿਸ਼ਟੀ ਅਤੇ ਸਾਰੀ ਧਰਤੀ 'ਤੇ ਹੋਈ ਹੈ। ਉਹ ਦੇਸ਼ ਜਿਹੜੇ ਕਿਸੇ ਦੀ ਈਨ ਨਹੀਂ ਮੰਨਦੇ, ਉਹ ਦੇਸ਼ ਜਿਹੜੇ ਆਪਣੇ ਆਪ ਨੂੰ ਮਤਲਬ ਸੁਪਰ ਪਾਵਰ ਸਮਝਦੇ ਸੀ, ਅੱਜ ਤੁਸੀਂ ਦੇਖੋ ਕੁਦਰਤ ਨੇ ਉਹਨਾਂ ਨੂੰ ਵੀ ਗੋਡੇ ਟਿਕਾ ਦਿੱਤੇ ਆ। ਜੋ ਵੀ ਲੋਕ ਛੋਟੇ ਛੋਟੇ ਕੰਟਰੀ ਜਿੱਥੋਂ ਉਹਨਾਂ ਨੂੰ ਆਸ ਲੱਗਦੀ ਹੈ ਕਿ ਸਾਡੀ ਕੋਈ ਦਵਾਈ ਮਿਲ ਜੇ, ਕੋਈ ਸਾਇੰਟਿਸਟ ਮਿਲ ਜੇ, ਕੋਈ ਡਾਕਟਰ ਮਿਲ ਜੇ, ਅੱਜ ਉਹਨਾਂ ਦੇ ਹਾੜੇ ਕੱਢ ਰਹੇ ਨੇ। ਸੋ ਕੁਦਰਤ ਬੜੀ ਬੇਅੰਤ ਆ ਔਰ ਤੁਸੀਂ, ਅਸੀਂ ਕੁਦਰਤ ਨਾਲ ਖਿਲਵਾੜ ਵੀ ਬਹੁਤ ਵੱਡਾ ਕੀਤਾ ਸੀ। ਅੱਜ ਹੁਣ ਜਦੋਂ ਅਸੀਂ ਘਰ ਦੀ ਛੱਤ 'ਤੇ ਬਹਿੰਦੇ ਹਾਂ ਜਾਂ ਘਰ ਦੇ ਵਿੱਚ ਬਹਿੰਦੇ ਹਾਂ, ਪੰਛੀਆਂ ਦੀਆਂ ਆਵਾਜ਼ਾਂ ਇੰਨੀਆਂ ਆਉਂਦੀਆਂ ਕਦੀ ਸੁਣੀਆਂ ਹੀ ਨਹੀਂ ਸੀ, ਕਿਉਂਕਿ ਸਵੇਰੇ ਉੱਠਣਾ, ਦਬਾ ਦਬ ਤਿਆਰ ਹੋਣਾ, ਗੱਡੀ ਫੜਨੀ, ਬਸ ਰਸ਼ 'ਚ ਆਪਣੇ 'ਚ ਭੱਜੇ ਤੁਰੇ ਜਾਣਾ। ਪਰ ਅੱਜ ਦੁਨੀਆ ਠਹਿਰੀ ਆ, ਨੁਕਸਾਨ ਤਾਂ ਬਹੁਤ ਵੱਡਾ ਆਰਥਿਕ ਤੌਰ 'ਤੇ ਸਾਰੀ ਮਨੁੱਖਤਾ ਨੂੰ, ਪਰ ਜੇ ਦੂਜੇ ਬੰਨੇ ਕੁਦਰਤ ਦੀ ਗੱਲ ਕਰੀਏ, ਅੱਜ ਕੁਦਰਤ ਵੀ ਤੁਸੀਂ ਦੇਖੋ ਇੱਥੋਂ ਪਹਾੜ ਦਿਖ ਰਹੇ ਦਿਖਣ ਲੱਗ ਗਏ ਨੇ, ਇੱਥੇ ਹਰਿਮੰਦਰ ਸਾਹਿਬ ਦੇ ਉੱਤੇ ਪੋਲਿਊਸ਼ਨ ਦਾ ਕਿੰਨਾ ਵੱਡਾ ਇੱਕ ਮੁਸ਼ਕਲ ਦਾ ਹੁੰਦਾ ਸੀ, ਇੱਕ ਵਾਤਾਵਰਣ ਦਾ ਇਸ਼ੂ ਹੁੰਦਾ ਸੀ, ਅੱਜ ਉਹ ਸਾਰਾ ਜ਼ੀਰੋ ਹੋ ਗਿਆ ਪੋਲਿਊਸ਼ਨ ਵੀ। ਸੋ ਸਾਰੇ ਪੱਖੀ ਹੈਗੇ ਨੇ, ਪਰ ਜੇ ਇਸ ਧਰਤੀ 'ਤੇ ਰਹਿਣਾ ਹੈ ਜ਼ਿੰਦਗੀ 'ਚ ਹਲਚਲ ਅਤੇ ਹਲਚਲ ਦਾ ਹੋਣਾ ਤਾਂ ਬੜਾ ਜ਼ਰੂਰੀ ਹੈ। ਅਤੇ ਸੋ ਇਹ ਹੈ ਵੀ ਇਹ ਕਰੋਨਾ ਵਾਇਰਸ ਕਰਕੇ ਕਰਫਿਊ ਲੱਗਿਆ, ਕੋਈ 84 ਵਾਲਾ ਕਰਫਿਊ ਹੁੰਦਾ ਤਾਂ ਉਹ ਤਾਂ ਉਹ ਲਾਅ ਐਂਡ ਆਰਡਰ ਦੀ ਸਥਿਤੀ ਕਰਕੇ ਸੀ ਕਿ ਉਹ ਬਰਕਰਾਰ ਰੱਖਣੀ, ਉਹਦੇ ਧੱਕੇ ਨਾਲ ਅੰਦਰ ਲਾਉਂਦੇ ਸੀ। ਪਰ ਅੱਜ ਤੁਸੀਂ ਦੇਖੋ 80% ਲੋਕਾਂ ਦੀ, 80 ਤੋਂ ਕਹਿ ਸਕਦੇ ਜ਼ਿਆਦਾ ਹੀ ਹੋਣਗੇ, ਜਿਹੜੇ ਲੋਕ ਪ੍ਰਸ਼ਾਸਨ ਦੀ ਐਡਵਾਈਜ਼ਰੀ ਮੰਨ ਰਹੇ ਘਰਾਂ 'ਚ ਬਹਿ ਗਏ ਨੇ, 10-20% ਨੇ ਕੁਛ ਮਜਬੂਰੀ ਕਰਕੇ ਨੇ, ਕੁਛ ਅਸੈਂਸ਼ੀਅਲ ਡਿਊਟੀ ਜਿਹੜੀ ਨਿਭਾ ਰਹੇ ਨੇ, ਐਮਰਜੈਂਸੀ ਡਿਊਟੀ ਨਿਭਾ ਰਹੇ ਨੇ, ਕੁਛ ਉਹਨਾਂ ਕਰਕੇ ਨੇ, ਅਤੇ ਕੁਛ ਜਿਹੜੇ ਦਿਮਾਗ ਇਹੋ ਜਿਹੇ ਹੁੰਦੇ ਕਿ ਜਿਹਨਾਂ ਨੂੰ ਸਮਝ ਹੀ ਨਹੀਂ ਕਦੀ ਪੈਂਦੀ, ਕੁਛ ਉਹ ਲੋਕ ਨੇ, ਬਾਕੀ ਅਦਰਵਾਈਜ਼ ਤੁਸੀਂ ਲੋਕਾਂ ਨੇ ਆਪਣੇ ਆਪ ਨੂੰ ਖੁਦ ਲੋਕਡਾਊਨ ਕੀਤਾ। ਸੋ ਇਹ ਕੁਦਰਤ ਦਾ ਭਾਣਾ ਵਾ, ਇਹਦੇ ਵਿੱਚ ਕਿਸੇ ਦਾ ਕੋਈ ਜ਼ੋਰ ਨਹੀਂ ਹੈਗਾ, ਪਰ ਜਿਹੜਾ ਅੱਜ ਐਡਵਾਈਜ਼ਰੀ ਨੂੰ ਮੰਨੇਗਾ ਸਰਕਾਰ ਦੀ, ਕਿਉਂਕਿ ਉਹ ਸਾਰਾ ਉਹਨਾਂ ਉੱਥੇ ਕੁਦਰਤ ਦੇ ਉਸੇ ਪਰਮਾਤਮਾ ਦੇ ਵਰਸਾਏ ਹੋਏ ਡਾਕਟਰ ਨੇ, ਸਾਇੰਟਿਸਟ ਨੇ ਜਿਹੜੀ ਉਹ ਗੱਲ ਕਹਿ ਰਹੇ ਨੇ, ਉਹਨਾਂ ਨੂੰ ਮੰਨਣਾ ਵੀ ਸਾਡਾ ਫਰਜ਼ ਬਣਦਾ ਹੈ। ਮੈਂ ਸਵਾਲ ਲਵਾਂਗਾ ਤੁਹਾਡੇ ਕੋਲੋਂ ਕਿ ਸ਼ਹੀਦਾਂ ਦਾ ਇੱਕ ਸੁਪਨਾ ਸੀ ਜਿਹੜਾ ਦੇਖਿਆ ਸੀ ਉਹਨਾਂ ਨੇ ਕਿਤੇ ਨਾ ਕਿਤੇ ਉਹ ਸਮਾਜ ਸਿਰਜਣ ਦਾ, ਪਰ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਕੋਰੋਨਾ ਵਾਇਰਸ ਦਾ ਕਹਿਰ ਚੱਲ ਰਿਹਾ, ਇਸ ਤੋਂ ਬਾਅਦ ਇਨਸਾਨ ਦੇ ਜੀਵਨ ਦੇ ਵਿੱਚ ਕੁਝ ਬਦਲਾਅ ਸੁਭਾਵਿਕ ਨੇ, ਜੇ ਉਹਨਾਂ ਦੇ ਸੁਪਨੇ ਜਿਹੜੇ ਨੇ ਉਹ ਸੱਚ ਹੋ ਸਕਦੇ ਨੇ?
ਸੁਭਾਵਿਕ ਤੇ ਸ਼ੁਰੂ ਤੋਂ ਹੀ ਹੋਣੇ ਚਾਹੀਦੇ ਸੀ। ਕੁਦਰਤ ਦੇ ਲਾਗੇ ਬੰਦੇ ਨੂੰ ਰਹਿਣਾ ਚਾਹੀਦਾ, ਇਨਸਾਨ ਦੂਰ ਗਿਆ। ਹੁਣ ਇਹ ਤੇ ਇੱਕ ਉਹਨੇ ਮਤਲਬ ਬਹੁਤ ਵੱਡਾ ਇੱਕ ਉਹਨੇ ਕਹਿ ਲਓ ਕਿ ਅੰਗੇਜ਼ਡ ਇਨਸਾਨ ਦੇ ਜੰਗ ਛੇੜ ਦਿੱਤੀ ਹੈ ਵੀ ਇਨਸਾਨ ਕਿੰਨੇ ਲੱਖਾਂ ਦੀ ਤਾਦਾਦ 'ਚ ਜਿਹੜੇ ਇਨਸਾਨ ਨੇ ਉਹ ਜ਼ਿੰਦਗੀ ਹਾਰ ਗਏ ਨੇ, ਮੌਤ ਦੇ ਮੂੰਹ 'ਚ ਜਾ ਚਲੇ ਗਏ ਨੇ। ਅਜੇ ਅੱਗੇ ਪਤਾ ਨਹੀਂ ਕੀ ਹੋਣਾ ਹੈ, ਅਜੇ ਵੱਧਦਾ ਹੀ ਜਾਂਦਾ ਹੈ ਅੰਕੜਾ। ਸੋ ਇਹ ਹੁਣ ਪਤਾ ਨਹੀਂ ਕਿੱਧਰ ਨੂੰ ਖੇਡ ਜਾਂਦੀ ਹੈ, ਪਰ ਇਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਇਨਸਾਨ ਇਨਸਾਨ ਬਣ ਕੇ ਜ਼ਰੂਰ ਰਹੂਗਾ, ਇਨਸਾਨ ਹੈਵਾਨ ਨਹੀਂ ਬਣੂਗਾ, ਇਨਸਾਨ ਜਾਨਵਰ ਨਹੀਂ ਬਣੂਗਾ। ਕਿ ਮਤਲਬ ਹਰ ਤਰ੍ਹਾਂ ਦਾ ਤੁਸੀਂ ਦੇਖੋ, ਜਿਸ ਤਰੀਕੇ ਨਾਲ ਚਾਈਨਾ ਦੀ ਮੰਡੀਆਂ ਜਦੋਂ ਦੇਖਦੇ ਹਾਂ ਅਸੀਂ, ਤਾਂ ਮੈਂ ਤਾਂ ਕਦੀ ਵੀਡੀਓ ਵੀ ਨਹੀਂ ਦੇਖ ਸਕਦਾ ਜਿਸ ਤਰੀਕੇ ਨਾਲ ਉਹ ਅੱਧੀ ਜੀਂਦੀ ਮੱਛੀ ਅਤੇ ਅੱਧੀ ਬਣੀ ਮੱਛੀ ਨੂੰ ਖਾਂਦੇ ਆ, ਜਿਸ ਤਰੀਕੇ ਨਾਲ ਅੱਧਾ ਜਾਨਵਰ ਉਹਨਾਂ ਦਾ ਜੀਂਦਾ ਹੁੰਦਾ ਜਾਂ ਜੀਂਦੇ ਜਾਨਵਰਾਂ ਨੂੰ ਖਾਈ ਜਾਂਦੇ ਆ, ਇਹ ਇਨਸਾਨ ਦਾ ਕੰਮ ਨਹੀਂ ਸੀ, ਜੋ ਜਾਨਵਰਾਂ ਵਾਲਾ ਕੰਮ ਇਨਸਾਨ ਨੇ ਸ਼ੁਰੂ ਕਰ ਦਿੱਤਾ। ਉਹਦੇ ਕਰਕੇ ਅੱਜ ਜਿਹੜੇ ਹਾਲਾਤ ਨੇ ਉਹ ਇੱਥੋਂ ਦੇ ਗਏ ਨੇ, ਕਿਉਂਕਿ ਉਹਨਾਂ ਜਾਨਵਰਾਂ ਰਾਹੀਂ ਇਨਸਾਨ 'ਚ ਟ੍ਰਾਂਸਫਰ ਹੋਇਆ। ਅੱਜ ਉਹ ਸਮੁੱਚੀ ਦੁਨੀਆ ਨੂੰ ਇਹਨੇ ਜੋੜ ਕੇ ਰੱਖ ਦਿੱਤਾ ਹੈ। ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਸ਼ਹੀਦਾਂ ਦੇ ਇਸ ਪਾਵਨ ਦਿਹਾੜੇ ਦੇ ਮੌਕੇ, ਜਿੱਥੇ ਜਿੱਥੇ ਆਪਣੇ ਜਾਨਾਂ ਦਿੱਤੀਆਂ ਸੀ ਇੱਕ ਚੰਗੇ ਸਮਾਜ ਦੇ ਲਈ, ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਅੱਜ ਸ਼ਹੀਦਾਂ ਦੀ ਇਸ ਧਰਤੀ ਤੋਂ ਮੈਂ ਬੇਨਤੀ ਤੁਹਾਨੂੰ ਕਰਦਾ ਕਿ ਇਹਨਾਂ ਦੇ ਸੁਪਨੇ ਸੀ, ਇਹਨਾਂ ਦਾ ਜਿਹੜਾ ਭਵਿੱਖ, ਇਹਨਾਂ ਦਾ ਫਿਊਚਰ ਸਾਡਾ ਆਜ਼ਾਦ ਦੇਸ਼ ਆ, ਆਜ਼ਾਦ 'ਚ ਵੱਜਦੇ ਲੋਕ ਨੇ, ਦੇਸ਼ ਲੋਕਾਂ ਦਾ ਹੁੰਦਾ ਹੈ, ਨਾਗਰਿਕਾਂ ਦੇ ਨਾਲ ਹੁੰਦਾ। ਸੋ ਅੱਜ ਮੈਂ ਇਹੀ ਬੇਨਤੀ ਕਰੂੰਗਾ ਕਿ ਇਹਨਾਂ ਦੀ ਸੁਪਨਿਆਂ ਨੂੰ ਹੋਰ ਵਧੀਆ ਬਣਾਉਂਦੇ ਹੋਏ ਘਰਾਂ 'ਚ ਰਹੋ, ਸੁਰੱਖਿਅਤ ਰਹੋ, ਬਾਹਰ ਨਾ ਨਿਕਲੋ, ਸਰਕਾਰ ਦੀਆਂ ਗਾਈਡਲਾਈਨ ਨੂੰ ਫੋਲੋ ਕਰੋ, ਇਹ ਮੰਨ ਲਓ ਕਿਉਂਕਿ ਬਿਮਾਰੀ ਬਹੁਤ ਭਿਅੰਕਰ ਹੈ, ਇਹਦਾ ਇਲਾਜ ਕੋਈ ਨਹੀਂ ਹੈਗਾ। ਜਿਹੜੇ ਲੋਕ ਬਿਮਾਰੀ ਨੂੰ ਕਮਜ਼ੋਰ ਨੇ ਬਿਮਾਰੀ ਦੇ ਨਾਲ ਲੜਨ ਦੇ ਵਿੱਚ, ਉਹਨਾਂ ਨੇ ਉਹਨਾਂ ਦੀ ਮੌਤ ਹੋਣੀ ਅਵੱਸ਼ ਹੈ ਇਹਦੇ 'ਚ, ਉਹਨੂੰ ਨਾ ਤਾਂ ਕੋਈ ਦਵਾਈ ਬਚਾ ਸਕਦੀ ਹੈ, ਨਾ ਕੋਈ ਵੈਂਟੀਲੇਟਰ ਬਚਾ ਸਕਦਾ। ਸਿਰਫ ਇੱਕੋ ਬੰਦਾ ਹੀ ਤੁਹਾਨੂੰ ਬਿਮਾਰੀ ਤੋਂ ਬਚਾ ਸਕਦਾ, ਉਹ ਤੁਹਾਡਾ ਖੁਦ ਆਪਣਾ ਆਪ। ਤੁਸੀਂ ਉਹਨੂੰ ਕਿੰਨਾ ਕੁ ਧਿਆਨ ਦਿੰਦੇ ਜੇ, ਆਪਣੇ ਸਰੀਰ ਲਈ ਕਿੰਨਾ ਕੁ ਧਿਆਨ ਦਿੰਦੇ ਜੇ, ਇੰਨੀ ਗੱਲ ਸਮਝਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ। ਸੋ ਇਸ ਨੂੰ ਗੁਰਜੀਤ ਸਿੰਘ ਔਜਲਾ ਜਿਨ੍ਹਾਂ ਨੇ ਅੱਜ ਇੱਥੇ ਸ਼ਹੀਦਾਂ ਨੂੰ ਆ ਕੇ ਸ਼ਰਧਾਂਜਲੀ ਭੇਟ ਕੀਤੀ ਹੈ, ਅਤੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਫਿਲਹਾਲ ਜਲ੍ਹਿਆਂਵਾਲਾ ਬਾਗ ਬੰਦ ਕੀਤਾ ਗਿਆ ਹੈ, ਇੱਥੇ ਕੰਮ ਕਾਜ ਜਿਹੜਾ ਚੱਲ ਰਿਹਾ ਸੀ ਪਿਛਲੇ ਕਾਫੀ ਮਹੀਨਿਆਂ ਤੋਂ, ਜਿਸਦੇ ਕਰਕੇ ਬੰਦ ਹੈ ਸਾਰਾ ਕੁਝ, ਅਤੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਜਲ੍ਹਿਆਂਵਾਲੇ ਬਾਗ ਦੇ ਬਿਲਕੁਲ ਬਾਹਰ ਬਾਹਰ ਇੱਥੇ ਸ਼ਹੀਦ ਊਧਮ ਸਿੰਘ ਦਾ ਜਿਹੜਾ ਹੈ ਉਹ ਬੁੱਤ ਲਗਾਇਆ ਗਿਆ ਸੀ ਸਰਕਾਰ ਵੱਲੋਂ ਕੁਝ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ। ਸੋ ਉਸ ਬੁੱਤ ਦੇ ਉੱਤੇ ਅੱਜ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਇੱਥੇ ਇਸ ਤੋਂ ਪਹਿਲਾਂ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਵੀ ਪਹੁੰਚੇ ਹੋਏ ਸਨ ਅਤੇ ਗੁਰਜੀਤ ਸਿੰਘ ਔਜਲਾ ਵੀ ਪਹੁੰਚੇ ਹੋਏ ਸਨ, ਤਾਂ ਹਾਲਾਂਕਿ ਹਾਲਾਤ ਉਸ ਤਰੀਕੇ ਦੇ ਬਣੇ ਹੋਏ ਨੇ ਜਿਸ ਦੇ ਕਰਕੇ ਇੱਥੇ ਲੋਕੋ ਜਿਹੜੇ ਨੇ ਉਹ ਨਹੀਂ ਪਹੁੰਚ ਸਕਦੇ, ਪਰ ਫਿਰ ਵੀ ਇੱਕ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ, ਕਿਉਂਕਿ ਵਿਸਾਖੀ ਦਾ ਦਿਹਾੜਾ ਹੈ, ਇਸ ਦਿਹਾੜੇ ਦੇ ਮੌਕੇ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਉੱਥੇ ਜਲ੍ਹਿਆਂਵਾਲਾ ਬਾਗ ਵਿਖੇ ਜਿਹੜਾ ਸੀ ਉਹ ਖੂਨੀ ਕਤਲੇਆਮ ਹੋਇਆ ਸੀ, ਤਾਂ ਜਨਰਲ ਡਾਇਰ ਵੱਲੋਂ ਇੱਥੇ ਬੇਦੋਸ਼ੇ ਲੋਕਾਂ ਨੂੰ ਜਿਹੜਾ ਸੀ ਉਹ ਮਾਰ ਦਿੱਤਾ ਗਿਆ ਸੀ, ਜਿਸ ਦੀ ਯਾਦ ਇੱਥੇ ਜਿਹੜੀ ਸੀ ਉਹ ਬਣਾਈ ਗਈ ਸੀ। ਸੋ ਪਿਛਲੇ ਸਾਲ ਜਿਹੜੇ ਸੀ ਉਹ ਸ਼ਤਾਬਦੀ ਸਮਾਗਮ ਵੀ ਇੱਥੇ ਕਰਵਾਏ ਗਏ ਸਨ ਸਰਕਾਰ ਵੱਲੋਂ, ਜਿਸ ਦੇ ਵਿੱਚ ਦੂਰ ਦੁਰਾਡੇ ਇਲਾਕਿਆਂ ਤੋਂ ਲੋਕਾਂ ਨੇ ਪਹੁੰਚ ਕੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਸੀ। ਸੋ ਅੱਜ ਹਾਲਾਤਾਂ ਦੇ ਮੱਦੇਨਜ਼ਰ ਸਾਰਾ ਕੁਝ ਦੇਖਦੇ ਹੋਏ ਅੱਜ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਰਕਾਰੀ ਨੁਮਾਇੰਦੇ ਇੱਥੇ ਪਹੁੰਚੇ ਹੋਏ ਨੇ, ਉਹਨਾਂ ਵੱਲੋਂ ਸ਼ਰਧਾ ਜਿਹੜੀ ਹੈ ਉਹ ਫੁੱਲ ਭੇਂਟ ਕੀਤੀ ਗਈ ਹੈ। ਰਾਜੇਸ਼ ਕੁਮਾਰ ਸੰਧੂ ਦੇ ਨਾਲ ਸੁਰਿੰਦਰਪਾਲ ਸਿੰਘ ਵਰਪਾਲ, ਅੰਮ੍ਰਿਤਸਰ।